ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਤੀ ਅਸੀਂ 1:30 ਵਜੇ ਗਾਗਰੀ ਸਾਹਿਬ ਨਾਲ ਗਏ ਸੀ, ਉਸਦੀ ਵੀਡੀਓ ਬਣ ਚੁੱਕੀ ਹੈ, ਤੋ ਅੱਜ ਜਾਂ ਕੱਲ੍ਹ ਤੱਕ ਤੁਹਾਨੂੰ ਮੈਂ ਪਾ ਦੂੰਗਾ। ਅਤੇ ਹੁਣ ਚੱਲੇ ਹਾਂ ਲੰਗਰ ਸਾਹਿਬ ਗੁਰਦੁਆਰੇ 'ਚ ਲੰਗਰ ਛਕਣ, ਅਤੇ ਉਸ ਤੋਂ ਬਾਅਦ ਨਾਲ ਇੱਥੇ ਸੇਵਾ ਕਰਾਂਗੇ। ਹਾਂਜੀ ਸਿੰਘੋ ਚੱਲੇ, ਹਾਂਜੀ ਕਾਕਾ ਬਾਈ ਚਲੋ ਚਲੋ। ਅਤੇ ਹੁਣ ਅਸੀਂ ਚੱਲੇ ਹਾਂ ਬਾਬਾ ਨਿਧਾਨ ਸਿੰਘ ਦੇ ਲੰਗਰ ਹਾਲ 'ਚ, ਜਿੱਥੇ ਅਸੀਂ ਜਾ ਕੇ ਲੰਗਰ ਛਕਾਂਗੇ। ਅਤੇ ਆਹ ਤੁਸੀਂ ਸਾਹਮਣੇ ਦੇਖ ਸਕਦੇ ਹੋ ਸਰਾਂ, ਜਿੱਥੇ ਕੁਝ ਆਪਣੇ ਸੰਗਤਾਂ ਠਹਿਰਦੀਆਂ ਨੇ ਆ ਕੇ। ਆਹ ਸਾਹਮਣੇ ਬਾਬਾ ਜੀ ਦਾ ਲੰਗਰ ਹਾਲ, ਅਤੇ ਜਸਵੰਤ ਸਿੰਘ ਹੁਣੀ ਆ ਰਹੇ ਨੇ, ਅਤੇ ਇਸ ਦੇ ਪਿੱਛੇ ਕਾਕਾ ਜੀ ਆ ਰਹੇ ਨੇ। ਲੰਗਰ ਛਕੂਗੇ ਹੁਣ ਅੰਦਰ ਜਾ ਕੇ। ਇੱਥੋਂ ਦੀ ਐਂਟਰੀ ਹੈ ਗੁਰਦੁਆਰਾ ਲੰਗਰ ਸਾਹਿਬ। ਮੈਂ ਨਹੀਂ ਦੇਖਿਆ ਇੱਥੇ, ਜਦੋਂ ਵੀ ਮੈਂ ਆਉਂਦਾ ਲੰਗਰ ਛਕਣ, ਲੱਦਣ ਦੇ ਆਏ ਅਸੀਂ ਇੱਥੇ 3-4 ਵਾਰੀ ਲੰਗਰ ਛਕਿਆ ਸੀ, ਵੀ ਜਦ ਵੀ ਆਉਂਦੇ ਹਾਂ ਇਹ ਲੰਗਰ ਹਰ ਫੁੱਲ ਦਾ ਫੁੱਲ ਮਿਲਦਾ, ਅਤੇ ਸੇਵਾਦਾਰ ਸੇਵਾ ਕਰੀ ਜਾਂਦੇ ਨੇ। ਅਤੇ ਬਾਬਾ ਜੀ ਨੇ ਪ੍ਰਸ਼ਾਦਾ ਦਿੱਤਾ ਸਾਨੂੰ, ਅਤੇ ਕੜੀ ਦੀ ਸਬਜ਼ੀ ਬਣੀ ਹੋਈ ਸੀ, ਅਤੇ ਨਾਲ ਚੌਲ ਕੱਦੂ ਦੀ ਸਬਜ਼ੀ ਵੀ ਸੀ, ਉਹ ਵੀ ਅਸੀਂ ਛਕੀ। ਲੰਗਰ ਅਸੀਂ ਛੱਕਦੇ ਹਾਂ ਅਤੇ ਹੁਣ ਚਾਹ ਛੱਕਾਂਗੇ, ਚਾਹ ਛੱਕਣ ਤੋਂ ਬਾਅਦ ਫਿਰ ਅਸੀਂ ਸੇਵਾ ਕਰਾਂਗੇ। ਹੁਣ ਤੁਹਾਨੂੰ ਮੈਂ ਦੱਸਦਾ ਇੱਥੇ ਹਰ ਰੋਜ਼ ਕਿੰਨਾ ਖਰਚਾ ਆਉਂਦਾ ਲੰਗਰਾਂ ਦੇ ਉੱਪਰ। ਇੱਥੇ ਲਿਸਟ ਲੱਗੀ ਹੋਈ ਸਾਹਮਣੇ, ਇੱਕ ਦਿਨ ਖੀਰ ਦਾ ਪ੍ਰਸ਼ਾਦ 2.5 ਲੱਖ ਰੁਪਈਆ ਤਕਰੀਬਨ, ਅਤੇ 1 ਲੱਖ ਰੁਪਏ ਮਿੱਠੇ ਚੌਲਾਂ ਦਾ, ਇੱਕ ਦਿਨ ਦਾ ਸਾਦਾ ਲੰਗਰ 61,000 ਰੁਪਈਆ। ਅਤੇ ਆਹ ਤੁਸੀਂ ਬਾਕੀ ਲਿਸਟ ਦੇਖ ਸਕਦੇ ਹੋ, ਜਿਵੇਂ ਪੜ੍ਹਨ ਲੱਗਿਆ ਤਾਂ ਬਹੁਤ ਜ਼ਿਆਦਾ। ਅਤੇ ਸਭ ਇਹ ਜੋ ਖਰਚਾ ਹੁੰਦਾ ਇਹ ਸੰਗਤਾਂ ਹੀ ਅੱਗ ਕਰਦੀਆਂ ਨੇ, ਅਤੇ ਸੰਗਤਾਂ ਨੇ ਲੰਗਰਾਂ ਵਿੱਚ ਹਿੱਸੇ ਪਾਏ ਜਾਂਦੇ ਨੇ ਅਤੇ ਲੰਗਰ ਚੱਲੀ ਜਾਂਦਾ। ਲਓ ਜੀ ਹੁਣ ਹਰਪ੍ਰੀਤ ਸਿੰਘ ਸੇਵਾ ਕਰਨ ਲੱਗ ਗਏ ਨੇ, ਬੜੀ ਮਾਨਤਾਨ ਨਾਲ ਇਹਨਾਂ ਨੇ ਸੇਵਾ ਕੀਤੀ ਇੱਥੇ, ਜਿੱਦਣ ਦੇ ਹਰ ਰੋਜ਼ ਸੁਬਹਾ ਸ਼ਾਮ ਸੇਵਾ ਕਰਦੇ ਨੇ। ਅਤੇ ਕਾਕਾ ਜੀ ਵੀ ਸੇਵਾ ਕਰ ਰਹੇ ਨੇ, ਪਹਿਲਾਂ ਲੰਗਰ ਛਕਿਆ ਅਤੇ ਉਸ ਤੋਂ ਬਾਅਦ ਸੇਵਾ। ਅਤੇ ਜਸਵੰਤ ਸਿੰਘ ਜੋ ਸਾਨੂੰ ਹਰ ਰੋਜ਼ ਕਹਿੰਦੇ ਨੇ ਸੇਵਾ ਕਰੋ, ਆਪਾਂ ਇੱਥੇ ਨਾਮ ਜਪਣ ਅਤੇ ਸੇਵਾ ਕਰਨ ਵਾਸਤੇ ਆਏ ਹੋਏ ਹਾਂ, ਅਤੇ ਆਪ ਵੀ ਸੇਵਾ ਕਰਦੇ ਅਤੇ ਨਾਲ ਸਾਨੂੰ ਵੀ ਸੇਵਾ ਨਾਲ ਜੋੜਦੇ ਸੀ ਵੀ ਤੁਸੀਂ ਵੀ ਇੱਥੋਂ ਸੇਵਾ ਕਰਵਾ ਕੇ। ਅਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਂਦਾ ਇੱਥੇ ਦਾ ਮੈਂ ਲੰਗਰ ਹਾਲ, ਜਿੱਥੇ ਸਾਰਾ ਲੰਗਰ ਤਿਆਰ ਹੁੰਦਾ। ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਦੇਗਿਆਂ ਦੇ ਵਿੱਚ ਲੰਗਰ ਤਿਆਰ ਹੁੰਦਾ। ਉਹ ਦੇਖੋ ਉੱਧਰ ਇੱਕ ਸਿੰਘ ਸਾਹਿਬ ਸਬਜ਼ੀ ਪਾ ਰਿਹਾ, ਅਤੇ ਕੁਝ ਸਿੰਘ ਇੱਥੇ ਹੋਰ ਸੇਵਾ ਕਰ ਰਹੇ ਨੇ। ਵੱਡੇ ਵੱਡੇ ਪਤੀਲੇ ਇੱਥੇ ਲੰਗਰ ਤਿਆਰ ਹੁੰਦਾ, ਸੰਗਤਾਂ ਲੱਖਾਂ ਦੀ ਤਦਾਦ 'ਚ ਆਉਂਦੀਆਂ ਨੇ ਇੱਥੇ। ਦੇਖੋ ਇੱਕ ਸਿੰਘ ਇੱਥੇ ਬਾਲਟੀਆਂ ਭਰ ਕੇ ਉੱਧਰ ਲੰਗਰ ਹਾਲ 'ਚ ਲੈ ਜਾਂਦਾ, ਜਿੱਥੇ ਇਹ ਵਰਤਾਇਆ ਜਾਂਦਾ ਸਾਰਾ। ਕੁਝ ਸਿੰਘ ਇਸ ਸਾਈਡ ਖੜ੍ਹੇ ਨੇ, ਇਸ ਸਾਈਡ ਚਾਹ ਦਾ ਲੰਗਰ ਤਿਆਰ ਹੁੰਦਾ। ਆਹ ਤੁਸੀਂ ਦੇਖ ਸਕਦੇ ਹੋ ਚਾਹ ਦਾ ਲੰਗਰ ਇਸ ਸਾਈਡ ਤਿਆਰ ਹੁੰਦਾ, ਸਾਹਮਣੇ ਚਾਹ ਦਾ ਲੰਗਰ ਤਿਆਰ ਹੋ ਰਿਹਾ, ਅਤੇ ਇਸ ਸਾਈਡ ਜਲੇਬੀਆਂ ਦਾ ਲੰਗਰ ਤਿਆਰ ਹੋ ਰਿਹਾ। ਚਾਹ ਦੇ ਨਾਲ ਜਲੇਬੀਆਂ ਵਰਤਾਈਆਂ ਜਾਂਦੀਆਂ ਨੇ। ਇਸ ਸਾਈਡ ਬੀਬੀਆਂ ਭਾਂਡੇ ਸੇਵਾ ਕਰ ਰਹੀਆਂ, ਜੋ ਜੂਠੇ ਬਰਤਨ ਹੁੰਦੇ ਨੇ ਅਤੇ ਉਹਨਾਂ ਦੇ ਸਾਫ਼। ਮੈਂ ਇੱਕ ਤੁਹਾਨੂੰ ਹੋਰ ਚੀਜ਼ ਦੱਸਣਾ ਚਾਹੁੰਦਾ, ਭਾਂਡੇ ਇੱਥੇ 2 ਵਾਰ ਵਾਸ਼ ਹੁੰਦੇ ਆ, ਪਹਿਲਾਂ ਉੱਧਰ ਸਫਾਈ ਹੁੰਦੀ ਹੈ ਅਤੇ ਇੱਧਰ ਫਿਰ ਇਸ ਸਾਈਡ ਆ ਜਾਂਦੇ। ਇਸ ਸਾਈਡ ਤੋਂ ਸਫਾਈ ਹੁੰਦੇ 2 ਸਾਈਡ ਲੱਗੇ ਹੋਏ ਨੇ, ਉਸ ਸਾਈਡ ਬੀਬੀਆਂ ਖੜ੍ਹੀਆਂ ਨੇ, ਅਤੇ ਜੋ ਸੰਗਤਾਂ ਜੋ ਦੂਰ ਦੁਰਾਡੇ ਤੋਂ। ਇਸ ਸਾਈਡ ਤੁਸੀਂ ਦੇਖ ਸਕਦੇ ਹੋ ਸਬਜ਼ੀਆਂ ਦੀ ਕਟਾਈ ਹੋਈ, ਪਿਆਜ਼ ਕੱਟ ਹੋ ਰਿਹਾ, ਅਤੇ ਉਸ ਸਾਈਡ ਕੁਝ ਸਬਜ਼ੀਆਂ ਬੀਬੀਆਂ ਕੱਟ ਰਹੀਆਂ ਨੇ, ਤੁਸੀਂ ਦੇਖ ਸਕਦੇ ਹੋ ਇਸ ਸਾਈਡ ਵੀ। ਅਤੇ ਇਸ ਸਾਈਡ ਇੱਕ ਬੀਬੀ ਜੀ ਦਾਲ ਵਿੱਚੋਂ ਕੰਕਰੂ ਕੱਢ ਰਹੇ, ਕਈ ਵਾਰ ਦਾਲ ਦੇ ਵਿੱਚ ਕਹਿੰਦੇ ਪੱਥਰ ਹੁੰਦੇ ਆ, ਉਹ ਵਿੱਚੋਂ ਚੁੱਕ ਰਹੀਆਂ ਨੇ। ਸਾਹਮਣੇ ਹੋਰ ਬੀਬੀਆਂ ਲੱਗੀਆਂ ਹੋਈਆਂ ਨੇ, ਠੀਕ ਹੈ ਜੀ। ਹੁਣ ਤੁਹਾਨੂੰ ਮੈਂ ਦਿਖਾਉਂਦਾ ਇੱਥੇ ਦਾ ਗੁਰਦੁਆਰਾ ਸਾਹਿਬ, ਉਹ ਥੋੜ੍ਹਾ ਉੱਪਰ ਜਾ ਕੇ ਆ ਇਸ ਸਾਈਡ ਨੂੰ ਜਾ ਕੇ। ਹਾਂ ਮੈਂ ਤੁਹਾਨੂੰ ਕੁਝ ਚੀਜ਼ ਹੋਰ ਦੱਸਣਾ ਚਾਹੁੰਦਾ, ਜੋ ਇੱਥੇ ਦਾ ਗੁਰੂ ਘਰ ਆ, ਕੁਝ ਸੰਗਤਾਂ ਨੂੰ ਪਤਾ ਨਹੀਂ ਇੱਥੇ ਗੁਰੂ ਘਰ ਕਿੱਥੇ ਆ। ਇਹ ਲੰਗਰ ਸਾਹਿਬ ਗੁਰਦੁਆਰੇ ਵਿੱਚ ਇਹ ਇੱਕ ਆ ਪੌੜੀ ਚੜ੍ਹ ਕੇ ਨਾ, ਇਸ ਸਾਈਡ ਦਾ ਤੁਸੀਂ ਦੇਖ ਸਕਦੇ ਐਂਟਰੀ ਹੈ, ਅਤੇ ਇਹ ਸਾਈਡ ਉੱਪਰ ਚੜ੍ਹ ਕੇ ਇੱਥੇ ਦਾ ਗੁਰੂ ਘਰ ਹੈ, ਅਤੇ ਇਸ ਦੇ ਥੱਲੇ ਹੀ ਸਾਨੂੰ ਦੂਜੀ ਸਾਈਡ ਲੰਗਰ ਛਕਾਇਆ ਜਾਂਦਾ, ਅਤੇ ਇਸ ਦੇ ਉੱਪਰ ਜਾ ਕੇ ਇਹ ਲੰਗਰ ਹਾਲ ਹੈ। ਆਹ ਤੁਸੀਂ ਦੇਖ ਸਕਦੇ ਹੋ, ਮੈਂ ਹੁਣ ਤੁਹਾਨੂੰ ਇਸ ਅੰਦਰ ਦਾ ਇੱਥੇ ਦਰਬਾਰ ਸਾਹਿਬ ਵੀ ਦਿਖਾਊਂਗਾ, ਅਤੇ ਚੱਲਦੇ ਆਪਾਂ ਅੰਦਰ। ਅਤੇ ਇਸ ਸਾਈਡ ਨਿਸ਼ਾਨ ਸਾਹਿਬ ਲੱਗੇ ਹੋਏ ਨੇ ਲੰਗਰ ਸਾਹਿਬ ਗੁਰਦੁਆਰੇ ਵਿੱਚ। ਹੁਣ ਚੱਲਦੇ ਆਪਾਂ ਦਰਬਾਰ ਸਾਹਿਬ ਦੇ ਅੰਦਰ, ਇੱਥੇ ਦਰਬਾਰ ਸਾਹਿਬ। ਇੱਥੇ ਵੀ ਹਰ ਟਾਈਮ ਗੁਰਬਾਣੀ ਦਾ ਜਾਪ ਹੁੰਦਾ ਰਹਿੰਦਾ, ਅਤੇ ਸੁਬਹਾ ਸ਼ਾਮ ਕੀਰਤਨ ਹੁੰਦਾ ਇੱਥੇ। ਇੱਕ ਸਿੰਘ ਇੱਥੇ ਅਰਦਾਸ ਕਰ ਰਿਹਾ, ਉਹ ਤੁਸੀਂ ਦੇਖ ਸਕਦੇ ਇੱਕ ਪਾਠੀ ਸਿੰਘ ਅੰਦਰ ਚੌਲ ਸਾਹਿਬ ਕਰ ਰਿਹਾ। ਆਹ ਤੁਹਾਨੂੰ ਉੱਪਰ ਤੋਂ ਵਿਊ ਦਿਖਾਉਂਦਾ ਮੈਂ,
ਜਿੱਥੇ ਸੰਗਤਾਂ ਲੰਗਰ ਛਕ ਰਹੀਆਂ ਨੇ। ਇਹ ਉੱਪਰੋਂ ਵਿਊ ਹੈ ਇਹ, ਜਦੋਂ ਮੈਂ ਦਰਬਾਰ ਸਾਹਿਬ ਨੂੰ ਜਾ ਰਿਹਾ ਸੀ ਉਸ ਟਾਈਮ ਦੀ ਵੀਡੀਓ ਹੈ। ਚਲੋ ਹੁਣ ਤੁਹਾਨੂੰ ਮੈਂ ਦਿਖਾਉਂਦਾ, ਦੇਖੋ ਇਸ ਸਾਈਡ ਆਹ ਬਾਲਟੀਆਂ ਚੌਲਾਂ ਦੀ ਭਰੀਆਂ ਹੋਈਆਂ ਨੇ ਅਤੇ ਸਿੰਘ ਆਉਂਦੇ ਨੇ ਇੱਥੇ ਆ ਕੇ ਵਰਤਾਉਂਦੇ ਨੇ, ਲੋਕ ਆਪਣੇ ਸਿੰਘ ਆ ਕੇ ਸੇਵਾ ਕਰਦੇ ਨੇ। ਇਸ ਸਾਈਡ ਸਬਜ਼ੀਆਂ ਪਈਆਂ ਨੇ, ਪਿੱਛੇ ਸਿੰਘ ਬੈਠੇ ਨੇ ਜੋ ਸਬਜ਼ੀਆਂ ਖਾਲੀ ਬਾਲਟੀ ਖਾਲੀ ਜਿਹੀ ਤੋਂ ਭਰੀ ਜਾਂਦੇ। ਚਲੋ ਅਤੇ ਹੁਣ ਮੇਰੀ ਡਿਊਟੀ ਲੱਗ ਗਈ ਹੈ ਪਾਣੀ 'ਤੇ, ਅਤੇ ਹੁਣ ਮੈਂ ਪਾਣੀ ਵਰਤਾਉਂਦਾ ਅਤੇ ਕਰਦੇ ਹਾਂ ਸੇਵਾ। ਅੱਛਾ, ਦੋ ਢਾਈ ਘੰਟੇ ਸੇਵਾ ਕਰਨ ਤੋਂ ਬਾਅਦ ਅਤੇ ਹੁਣ ਅਸੀਂ ਬਾਹਰ ਆ ਗਏ ਹਾਂ ਲੰਗਰ ਸਾਹਿਬ ਗੁਰਦੁਆਰੇ ਤੋਂ। ਅਤੇ ਇਸ ਸਾਈਡ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦਿਖਾਉਣਾ ਚਾਹੁੰਦਾ, ਆਹ ਦੇਖੋ ਤੁਸੀਂ ਜੋ ਕੁੱਤਾ ਹੈ ਨਾ, ਇਹ ਸਵੇਰੇ ਗਾਗਰੀ ਸਾਹਿਬ ਨਾਲ ਜਾਂਦਾ ਹੈ। ਜੇ ਤੁਸੀਂ ਇੱਥੇ ਆਏ ਤਾਂ ਤੜਕੇ ਤੁਸੀਂ ਦਿਖਾਇਓ, ਇੱਕ ਵੀਡੀਓ ਮੇਰੀ ਪੂਰੀ ਬਣੀ ਹੋਈ ਹੈ, ਤੁਸੀਂ ਨਾਲੇ ਤੁਹਾਨੂੰ ਦਿਖਾਊਂਗਾ ਮੈਂ। ਅਸੀਂ ਸੇਵਾ ਕਰਕੇ ਆਪਣੇ ਕਮਰੇ 'ਚ ਆ ਗਏ ਸੀ ਅਤੇ ਹੁਣ ਚੱਲੇ ਹਾਂ ਥੋੜ੍ਹੀ ਸ਼ੋਪਿੰਗ ਕਰਨ। ਅਤੇ ਅਸੀਂ ਨਾ ਇੱਕ ਇੱਥੇ ਦੁਕਾਨ ਦੇਖੀ ਸੀ ਜਿਹੜੀ ਨਾ ਆਪਣੀਆਂ ਫੋਟੋਆਂ ਸ਼ਰਟ ਪਰ ਪ੍ਰਿੰਟ ਕਰ ਦਿੰਦੀ ਸੀ, ਅਤੇ ਹੁਣ ਉੱਥੇ ਚੱਲੇ ਹਾਂ ਅਤੇ ਕੁਝ ਚੀਜ਼ਾਂ ਸ਼ਰਟ ਪਰ ਪ੍ਰਿੰਟ ਕਰਵਾਈਏ ਅਤੇ ਦੇਖਦੇ ਹਾਂ। ਹਰਪ੍ਰੀਤ ਸਿੰਘ ਨੇ ਆਪਣੇ ਬੱਚੇ ਦੀ ਫੋਟੋ ਪ੍ਰਿੰਟ ਕਰਵਾਉਣੀ, ਮੈਂ ਵੀ ਕਰਨ ਵੇਲੇ ਫੋਟੋ ਆਪਣੇ ਪ੍ਰਿੰਟ ਕਰਾਊਂਗਾ। ਚੱਲੀਏ ਵੀ ਸਰ ਅੱਕਾ ਸਿੰਘ। ਚਲੋ ਜੀ। ਦਿਨ ਦੇ 12 ਵੱਜ ਚੁੱਕੇ ਨੇ ਅਤੇ ਮੈਂ ਦੇਖ ਰਿਹਾ ਵੀ ਸੰਗਤਾਂ ਬਹੁਤ ਘੱਟ ਆ ਰੋਡ ਪਰ, ਅਤੇ ਜੂ ਸ਼ਾਮ ਦੇ 4 ਜਾਂ 5 ਕੁ ਵੱਜਦੇ ਆ, ਆਹ ਪੂਰਾ ਰੋਡ ਭਰ ਜਾਂਦਾ ਨੰਗਾ ਰਸ਼। ਬਾਈ ਦੀ ਐਡ ਕਰ ਦਿੰਦੇ ਆ, ਬਾਈ ਕੋਲ ਚੱਲੇ ਆ ਪ੍ਰਿੰਟ ਕਰਾਉਣ। ਹਰਪ੍ਰੀਤ ਆ ਕੌਣ ਹੈ? ਆ ਗਈ ਕਿਹਦੀ ਫੋਟੋ ਹੈ? ਮੇਰੀ ਕੁੜੀ ਦੀ ਦਿਖਾ ਦੇ। ਆ ਨਹੀਂ ਆ ਨਹੀਂ ਆ ਨਹੀਂ ਆ ਇਹ ਨਹੀਂ ਹੈਗੀ। ਉੱਧਰ ਚੱਲੇ ਆਪ ਆ। ਆ ਹਰਪ੍ਰੀਤ ਦੀ ਕੁੜੀ ਆ, ਇਸਨੇ ਇਹ ਪਿਕਚਰ ਪ੍ਰਿੰਟ ਕਰਾਉਣੀ ਹੈ। ਉੱਧਰ ਲੱਗਿਆ, ਕਿਆ ਨਾਮ ਹੈ ਇਹਦਾ? ਅੱਛਾ, ਪੁੱਠਾ ਲਿਖਿਆ ਹੋਇਆ ਨਾ, ਸਿੱਧਾ ਹੋ ਜਾਣਾ, ਸਿੱਧਾ ਹੋ ਜਾਣਾ ਪਿਕਚਰ ਪਰ। ਅੱਛਾ, ਗੁਰਦਾਸਪੁਰ ਦੇ ਆ ਆਪਣੇ ਨਾ ਬਾਜ਼ਾਰ ਦੇ ਵਿੱਚ ਪਈਆਂ ਦੁਕਾਨ ਪੈਂਦੀ ਗੁਰਦਾਸਪੁਰ ਤੋਂ ਹੈ। ਕੀ ਨੰਬਰ, ਕੀ ਨਾਮ ਆ ਜੀ ਆਪਣਾ? ਕਰਨਦੀਪ ਸਿੰਘ। ਕਰਨਦੀਪ ਸਿੰਘ, ਅਤੇ ਆਪਣੀ ਸ਼ੋਪ ਦਾ ਟੈਲੀਫੋਨ ਨੰਬਰ ਕਿੰਨਾ ਜੀ? ਸ਼ੋਪ ਦਾ ਨਾਮ ਪੰਜਾਬੀ ਹਜੇ ਰਹਿ ਗਿਆ, ਨੰਬਰ ਹੈਗਾ 95615700। ਅੱਛਾ, ਆਪਣਾ ਉਹ ਲਿਖਿਆ ਹੋਇਆ ਉੱਪਰ, ਸਾਹਮਣੇ ਨੰਬਰ ਲਿਖਿਆ ਹੋਇਆ। ਬਹੁਤ ਜਾਇਜ਼ ਰੇਟ ਲਾਉਂਦੇ ਨੇ ਇੱਥੇ ਆ ਕੇ, ਤੁਸੀਂ ਪ੍ਰਿੰਟ ਕਰਵਾ ਸਕਦੇ ਆ। ਅਸੀਂ ਟੀ ਸ਼ਰਟ ਦਾ ਪ੍ਰਿੰਟ ਕਰਕੇ ਆ ਗਏ ਹਾਂ, ਅਤੇ ਕਾਕਾ ਕਹਿੰਦਾ ਮੇਰੇ ਕਾਲਜ 'ਚ ਚੱਲਣ 'ਚ ਹੁੰਦੀ ਆ, ਹੁਣ ਜੂਸ ਪਿਲਾਉਂਦੇ ਹੈ, ਠੰਡਾ 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 ਜੀ ਬਣਦੀ ਆ, ਜ਼ਹਿਰ ਜੀ ਬਣਦੀ ਆ। ਕਿੰਨੀ ਜ਼ਹਿਰ ਬਣ ਗਈ ਅੱਗੇ? ਬਹੁਤ ਜ਼ਿਆਦਾ ਬਣੀ ਜੀ ਯਾਰ, ਗਰਮੀ ਬਹੁਤ ਹੈ। ਚੱਲ ਤੈਨੂੰ ਹੁਣ ਜੂਸ ਪਿਲਾਈਏ ਕਿ 20% 20% ਗੈਸ ਚਾਹੀਦੀ ਆ, 20% ਗੈਸ ਚਾਹੀਦੀ ਹੈ। ਚੱਲ ਠੀਕ ਹੈ, ਤੈਨੂੰ ਕਰਾਉਂਦੇ ਹਾਂ। ਬਾਈ ਜੀ ਗਰਮੀ ਬਹੁਤ ਹੈ, ਗਰਮੀ ਦੇ ਵਿੱਚ ਜੂਸ ਪੀਣਾ ਚਾਹੀਦਾ, ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ, ਇਸ ਕਰਕੇ ਜੋ ਤਾਂ ਜੋ ਸਰੀਰ ਅੰਦਰੋਂ ਗਰਮੀ ਨਿਕਲ ਸਕੇ, ਸਿਹਤ ਦਾ ਖਿਆਲ ਰੱਖੋ, ਬਹੁਤ ਗਰਮੀ ਹੈ। ਕਹਿੰਦੇ ਜੂਸ ਨਾਲ ਕੁਛ ਨਹੀਂ ਬਣਿਆ, ਫਿਰ ਇਹਨਾਂ ਨੇ ਆਹ ਲੱਤਾ ਹੈਪੀ ਇੰਨੀ ਵੀ ਗਰਮੀ ਨਾ ਕੱਢੋ, ਫਿਰ ਦੁਬਾਰੇ ਬਾਅਦ 'ਚ ਗਰਮੀ ਪਾਉਣੀ ਪੈ ਜਵਿੰਦਰ। ਕਿਆ ਕਰੀਏ ਹੁਣ, ਗਰਮੀ ਹੈ ਬਹੁਤ, ਕਹੀ ਦਿੰਦੇ ਆ। ਉਹ ਬੰਦਾ ਖੜਾ ਉੱਧਰ ਅੰਕਲ ਕਹੀ ਜਾਂਦਾ, ਆ ਜਾ ਆ ਤੇਰੇ ਅੰਕਲ ਜੀ ਆ। ਹਾਂਜੀ। ਹੈਂ, ਇੱਧਰ ਸਾਹਮਣੇ ਸਾਡੀ ਗੱਡੀ ਖੜੀ ਆ ਅਤੇ ਧੁੱਪਾਂ ਬਹੁਤ ਹੋਈ ਹੋਈ ਆ ਅਤੇ ਇਹਦੀ ਥੋੜ੍ਹੀ ਜਿਹੀ ਅੰਦਰੋਂ ਹਵਾ ਕੱਢਦੀ ਹੈ। ਇੱਕ ਮੇਰਾ ਸਬਸਕ੍ਰਾਈਬਰ ਮਿਲਿਆ ਅਤੇ ਗੋਬਿੰਦਵਾਲ ਤੋਂ ਆ ਭਾਅ ਜੀ, ਕੀ ਹਾਲ ਹੈ ਭਾਅ ਜੀ ਤੁਹਾਡਾ? ਬਹੁਤ ਵਧੀਆ। ਕਿੱਦਾਂ ਲੱਗਿਆ ਇੱਥੇ ਆ ਕੇ? ਬਹੁਤ ਵਧੀਆ। ਵਧੀਆ ਲੱਗਿਆ? ਗਰਮੀ ਕਿੰਨੀ ਕੁ ਲੱਗੀ ਇੱਥੇ ਆ ਕੇ? ਗਰਮੀ ਬਹੁਤ ਹੈ ਜੀ। ਗਰਮੀ ਬਹੁਤ ਹੈ, ਚਲੋ ਠੀਕ ਠੀਕ ਹੈ, ਹੋਰ ਠੀਕ ਠਾਕ ਵੀਰੇ? ਓਕੇ ਵੀਰ। ਬਾਕੀ ਬਾਈ ਅੱਜ ਗਰਮੀ ਬਹੁਤ ਹੈ ਇੱਥੇ ਅਤੇ ਹੈ ਬਾਈ, ਅੱਜ ਕਿਆ ਗਰਮੀ ਦਾ ਹਿਸਾਬ ਕਿਤਾਬ ਹੈ? ਦੇਖੋ ਪਸੀਨਾ ਆਇਆ, ਪਸੀਨਾ ਆਇਆ ਕਰਕੇ ਨੂੰ ਬਹੁਤ ਜ਼ਿਆਦਾ ਗਰਮੀ ਅੱਜ, ਅਤੇ ਬੰਟ ਬਾਈ ਤਾਂ ਇਹ ਸ਼ੈੱਡ ਥੱਲੇ ਪਿਆ ਕਿਤੇ। ਹਾਂਜੀ ਜਸਵੰਤ ਸਿੰਘ, ਗਰਮੀ ਕਿੰਨੀ ਕੁ ਲੱਗ ਰਹੀ ਹੈ ਅੱਜ? ਅੱਜ ਉਰੇ ਤਾਂ ਗਰਮੀ ਜਮੀ ਹੈਗੀ, ਹੁਣ ਤਾਂ ਕਹਿ ਕੇ ਧੂਪ ਆ ਕੇ ਹਟੀਆਂ, 2 ਘੰਟੇ ਵੱਲ ਕੀਤਾ, ਇੰਨਾ ਸੋਹਣਾ ਕੀਰਤਨ ਕਰਿਆ ਇਹਨਾਂ ਨੇ। ਅੱਛਾ ਜੀ। ਧੰਨ ਧੰਨ ਕਰਾ ਦੀ। ਅਤੇ ਤੁਸੀਂ ਪੀਓ ਹੈਪੀ ਅਤੇ ਆਪਣੀ ਗਰਮੀ ਭਜਾਓ। ਅਸੀਂ ਉਸ ਦੁਕਾਨ ਤੋਂ ਟੀ ਸ਼ਰਟਾਂ ਪ੍ਰਿੰਟ ਕਰਵਾਈਆਂ,
ਹਰਪ੍ਰੀਤ ਦੀ ਲੜਕੀ ਆ ਨਵਪ੍ਰੀਤ ਕੌਰ, ਇੱਧਰ ਸਾਡਾ ਕਰਨਵੀਰ। ਦੇਖੋ ਅਸੀਂ ਇਹ ਟੀ ਸ਼ਰਟ ਦਾ ਪ੍ਰਿੰਟ ਕਰਵਾਈ ਹਾਂ, ਜੀ ਕਰਦਾ ਹੋਰ ਖੇਲ ਖਿਲਾਉਣੇ ਵੀ ਉਹਦੇ ਵਾਸਤੇ ਲੈ ਲਵਾਂ। ਉਹਨੇ ਬਾਅਦ ਖੇਲਾਂ ਤਾਂ ਬਸ 2 ਜਾਂ 3 ਦਿਨ ਕੱਢਦਾ, ਜਿਹੜੀ ਟੀ ਸ਼ਰਟ ਹੈ ਵੀ ਇਹ 3 ਮਹੀਨੇ ਪਾ ਤਾ ਲਓ, ਲੰਬਾ ਟਾਈਮ ਤਾਂ ਕੱਢ ਦੂ। ਖੇਲ ਲਿੱਤੀ ਉਹਨੇ ਜਦੋਂ ਤੋੜਦੇ ਨਹੀਂ, ਤੋੜ ਮਰੋੜ ਕਰ, ਜਦੋਂ ਢਾਪਨ ਬਹੁਤ ਕਰ ਦਿੰਦਾ ਕਰਨਵੀਰ ਸਾਡਾ। ਚਲੋ ਇਹ ਜਿਹੜੀ ਟੀ ਸ਼ਰਟ ਆ ਵੀ ਇਹ 250 ਰੁਪਏ ਦੀ ਬਣਦੀ ਹੈ ਇੱਥੇ, ਜਿਹੜੀ ਤੁਹਾਨੂੰ ਦੱਸੀ ਹੈ ਦੁਕਾਨ ਮੈਂ ਵੀ ਉਹ ਦੁਕਾਨ ਤੁਸੀਂ ਜਾ ਕੇ 250 ਹੋਰ ਵੀ ਥੋੜ੍ਹੇ, ਜੇ ਤੁਸੀਂ ਇਕੱਠੀਆਂ ਬਣਾਉਂਦੇ, ਜੇ 5 ਬਣਾਉਂਦੇ ਥੋੜ੍ਹੇ ਹੋਰ ਘੱਟ ਵੀ ਕਰ ਲੈਂਦਾ। ਇੱਕ ਟੀ ਸ਼ਰਟ ਘੱਟ ਕਰਦਾ, ਜੇ ਤੁਸੀਂ 5 ਜਾਂ 6 ਬਣਾਉਂਦੇ, ਜੇ 10 ਬਣਾਉਂਦੇ ਫਿਰ ਪੈਸੇ ਬਹੁਤ ਘੱਟ ਲੈ ਲੈਂਦਾ, ਸਿਰਫ ਤੁਹਾਡੇ ਜੋ ਸ਼ਰਟ ਦਾ ਰੇਟ ਆ ਉਹੀ ਲੈਂਦਾ ਅਤੇ ਪ੍ਰਿੰਟ ਦੇ ਪੈਸੇ ਰਹਿਣ ਦਿੰਦਾ ਜੇ ਤੁਸੀਂ ਜ਼ਿਆਦਾ ਸ਼ਰਟਾਂ ਲੈਂਦੇ ਹੋ। ਚਲੋ ਮੇਰੀ ਅੱਜ ਦੀ ਵੀਡੀਓ ਇੱਥੇ ਤੱਕ ਸੀ, ਹੋਰ ਤੁਹਾਡੇ ਕੋਲ ਕੋਈ ਵੀ ਕੁਐਸਚਨ ਹੋਵੇ ਤਾਂ ਥੱਲੇ ਕਮੈਂਟ ਬੋਕਸ 'ਚ ਲਿਖਿਓ ਅਤੇ ਮੈਂ ਕੋਸ਼ਿਸ਼ ਕਰਾਂਗਾ ਵੱਧ ਰਿਪਲਾਈ ਕਰਨ ਦੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮੇਰਾ ਵੀਡੀਓ ਦੇਖਣ ਵਾਸਤੇ, ਮਿਲਦੇ ਆਪਾਂ ਤੁਸੀਂ ਅਗਲੀ ਵੀਡੀਓ।